storm brewing vital to have safe pair of hands to take India through. <laughs> India has both with Ukraine the junk, rahi hai. there are issues with Israel, Gaza, Israel, Iran and India has border issues with China in the north and with Pakistan there is a cross-border terrorism issue. In Asia there is tension in the South China Sea, and as a result of all of this, the economic situation of the world is very difficult. It is very important that when we look at the future that we think of how to take India safely through the storm. Already storm built a But it is absolutely vital that we have a safe pair of hands, good sensible people who take us through a very difficult period ਵੀਅਰਸ ਵੈਲਕਮ ਬੈਕ ਟੂ ਆਰ ਪ੍ਰੋਗਰਾਮ ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਦਿੱਲੀ ਦੀ ਇੱਕ ਇਕੱਠ ਵਿੱਚ ਬੋਲਦਿਆਂ ਕਿਹਾ ਹੈ ਕਿ ਇਸ ਵੇਲੇ ਅੰਤਰਰਾਸ਼ਟਰੀ ਤੌਰ ਤੇ ਇੱਕ ਤੂਫਾਨ ਚੱਲ ਰਿਹਾ ਹੈ ਜਿਹੜਾ ਬੜਾ ਖਤਰਨਾਕ ਹੈ ਜੇ ਭਾਰਤ ਸੁਰੱਖਿਅਤ ਹੱਥਾਂ ਵਿੱਚ ਨਾ ਹੋਇਆ ਤਾਂ ਕੁਝ ਵੀ ਵਾਪਰ ਸਕਦਾ ਹੈ ਸੋ ਜ਼ਾਹਿਰ ਹੈ ਕਿ ਅਜਾ ਸੰਗਰ ਆਉਣ ਵਾਲੇ ਸਮੇਂ ਵਿੱਚ ਨਿਊ ਮੈਪ ਮੇਕਿੰਗ ਯਾਨੀ ਕਿ ਨਵੇਂ ਮੁਲਕਾਂ ਦੀ ਹੋਂਦ ਵਿੱਚ ਔਨ ਦਾ ਖਦਸ਼ਾ ਜ਼ਾਹਿਰ ਕਰ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹਾ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਚੱਲ ਲਈ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਣ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਸੈਟਰਡੇ ਦੀ ਜਿਹੜੀ ਕਾਰਟੇਡ ਪੈਰੇਡ ਸੀ ਉਹਦੇ ਕਨਕਲੂਜਨ ਦੇ ਵਿੱਚ ਆਲਮੋਸਟ ਸਾਰੀਆਂ ਹੀ ਤਿਰਾਂ ਦੇ ਨੁਮਾਇੰਦਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਅੱਛਾ ਅ ਜਮੇਰ ਸਿੰਘ ਜਿਹੜੇ ਸਿੱਖ ਹਿਸਟੋਰੀਅਨ ਨੇ ਕਰੰਟ ਸਟਰਗਲ ਦੇ ਉੱਤੇ ਉਹਨਾਂ ਨੇ ਕਿਉਂਕਿ ਖੁਦ ਉਹ ਨਕਸਲਾਈਟ ਸਟਰਗਲ ਦਾ ਵੀ ਹਿੱਸਾ ਰਹੇ ਖਾਲਿਸਤਾਨ ਸਟਰਗਲ ਦਾ ਵੀ ਹਿੱਸਾ ਰਹੇ ਉਸ ਤੇ ਉੱਤੇ ਉਹ ਲਗਾਤਾਰਤਾ ਨਾਲ ਕਿਤਾਬਾਂ ਲਿਖ ਰਹੇ ਨੇ ਜਿਹੜੀਆਂ ਕਾਫੀ ਪੜੀਆਂ ਵੀ ਜਾਂਦੀਆਂ ਨੇ ਔਰ ਉਹਨਾਂ ਨੇ ਆਪਣੀ ਬਰੀਫ ਪ੍ਰੈਜੈਂਟੇਸ਼ਨ ਦੇ ਵਿੱਚ ਇੱਕ ਗੱਲ ਕਹੀ ਔਰ ਉਸ ਦੇ ਉੱਤੇ ਮੈਂ ਵੀ ਫਿਰ ਡਿਵੈਲਪ ਆਨ ਫਰਦਰ ਕੀਤਾ ਹੈ ਕਿ ਇਸ ਵੇਲੇ ਉਹਨਾਂ ਨੇ ਕਿਹਾ ਵੀ ਸਦੀਆਂ ਚ ਕਈ ਵਾਰੀ ਐਸੇ ਮੌਕੇ ਹੁੰਦੇ ਨੇ ਜਦੋਂ ਕਿ ਦੁਨੀਆ ਦੇ ਵਿੱਚ ਜੀਓ ਪੋਲਿਟੀਕਲ ਚੇਂਜਸ ਹੁੰਦੀਆਂ ਔਰ ਉਹਦੇ ਚ ਜਿਹੜੇ ਸਥਾਪਿਤ ਨਿਜ਼ਾਮ ਨੇ ਉਹ ਟੁੱਟਦੇ ਨੇ ਨਵੇਂ ਨਿਜ਼ਾਮ ਬਣਦੇ ਨੇ ਔਰ ਉਹਨਾਂ ਚ ਨਵੀਂ ਮੈਪ ਮੇਕਿੰਗ ਹੁੰਦੀ ਹੈ ਔਰ ਓਪਰਚ्युनिटीज ਹੁੰਦੀਆਂ ਨੇ ਜਿਹੜੀਆਂ ਕੌਮਾਂ ਨੂੰ ਗ੍ਰੈਬ ਕਰਨ ਦੀ ਲੋੜ ਹੁੰਦੀ ਹੈ ਔਰ ਇਹ ਗੱਲ ਅਸੀਂ ਲਗਾਤਾਰਤਾ ਦੇ ਨਾਲ ਦੇਖ ਵੀ ਰਹੇ ਹਾਂ ਔਰ ਜਿਹੜੀ 2023 ਵਰੇ ਦੇ ਵਿੱਚ ਵੱਡੀ ਚੇਂਜ 2023 ਜੂਨ ਤੋਂ ਸ਼ੁਰੂ ਹੋ ਕੇ ਹੁਣ ਅਸੀਂ ਅਗੇਨ ਜੂਨ ਦੇ ਵਿੱਚ ਐਂਟਰ ਕਰਨ ਜਾ ਰਹੇ ਇਹ ਅਸੀਂ ਜੇ ਤਬਦੀਲੀ ਦੇਖੀ ਹੈ ਤੇ ਖਾਲਸਤਾਨ ਦੇ ਮੁੱਦੇ ਦੇ ਉੱਤੇ ਜਿਵੇਂ ਇੰਡੀਆ ਦਾ ਚਿਹਰਾ ਐਜ਼ ਅ ਰੌਗ ਸਟੇਟ ਐਕਸਪੋਜ਼ ਹੋਇਆ ਹੈ ਖਾਲਸਤਾਨ ਦੇ ਮੁੱਦੇ ਦੇ ਉੱਤੇ ਅ ਵੈਸਟਰਨ ਵਰਡ ਇਨ ਜਨਰਲ ਫਾਈਵ ਆਈਜ਼ ਕੰਟਰੀਜ਼ ਐਂਡ ਅਮਰੀਕਾ ਕੈਨੇਡਾ ਇਨ ਪਾਰਟिकुलर ਉਹਨਾਂ ਦੀ ਦਿਲਚਸਪੀ ਹੋਈ ਹੈ ਔਰ ਇੰਡੀਆ ਜਿਸ ਅੰਦਾਜ਼ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਯੂਕਰੇਨ ਦਾ ਮੁੱਦਾ ਹੋਏ ਸਾਊਥ ਚਾਈਨਾ ਸੀ ਹੋਏ ਈਵਨ ਗਜ਼ਾ ਇਜ਼ਰਾਈਲ ਹੋਏ ਤੁਸੀਂ ਇਹਨਾਂ ਦੇ ਘਟਿਆ ਸਟੈਂਡਰਡ ਆ ਇਹਨਾਂ ਦਾ ਇੱਕ ਪੂਰਾ ਹਥਿਆਰਾਂ ਦਾ ਭਰਿਆ ਜਹਾਜ਼ ਜਿਹੜਾ ਸਮੁੰਦਰੀ ਜਹਾਜ਼ ਉਸਪੇਨ ਦੀ ਗਵਰਨਮੈਂਟ ਨੇ ਰੋਕਿਆ ਜਿਹੜਾ ਕਿ ਗਜ਼ਾ ਜਾ ਰਿਹਾ ਸੀ ਇਜ਼ਰਾਈਲ ਨੂੰ ਭੇਜ ਰਹੇ ਨੇ ਜਿੱਥੇ ਕਿ ਉਹ ਮਾਰ ਰਹੇ ਨੇ ਤੜਾ ਤੜੋ ਹਸਪਾਲਾਂ ਤੇ ਵੀ ਅਟੈਕ ਬੁਝੇ ਵੀ ਸੋ ਕੁੱਲ ਮਿਲਾ ਕੇ ਇਸ ਸਾਰੇ ਦੇ ਚਲਦੇ ਆ ਸਿੱਖ ਫੈਕਟਰ ਦੀ ਪ੍ਰੋਮੀਨੈਂਸ ਫਿਰ ਅਸੀ ਕੋਵਿਡ ਦੇ حوالے ਨਾਲ ਬਾਰ ਬਾਰ ਇਸ ਲਈ ਗੱਲ ਕਰਦੇ ਹੁਣ ਵੀ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਮੈਲਬਰਨ ਚ ਜਿਹੜੀ ਛੋਣੀ ਨੇ ਹੰਗਾ ਬਾਬਾ ਅਵਤਾਰ ਸਿੰਘ ਬਾਬਾ ਬੀਦੀ ਚੰਦ ਜਿਦੇ ਜਿਹੜੇ ਯਾਦ ਦਾ ਡੇਰਾ ਸੁਰ ਸਿੰਘ ਉਸ ਨੂੰ ਰਿਪਰੈਜ਼ੈਂਟ ਕਰਦੇ ਨੇ ਉੱਥੇ ਪ੍ਰਾਈਮ ਮਿਨਿਸਟਰ ਐਲਬਨੀ ਆਇਆ ਆਸਟ੍ਰੇਲੀਆ ਦਾ ਔਰ ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ ਕਿ ਭਾਈ ਕੋਵਿਡ 19 ਜਾਂ ਉੱਥੇ ਜਿਹੜੀਆਂ ਫਾਇਰਸ ਔਰ ਦੂਸਰੇ ਕ੍ਰਾਈਸਿਸ ਵੇੜੇ ਸਿੱਖ ਅੱਗੇ ਆਏ ਨੇ ਔਰ ਇਹ ਸਾਰਾ ਗਲੋਬਲੀ ਸਿੱਖਾਂ ਦੀ ਰੈਕਗਨਿਸ਼ਨ ਸਾਰੇ ਚ ਹੋਈ ਹੈ ਔਰ ਜਿਵੇਂ ਸਿੱਖ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸ਼ਿਕਾਰ ਹੋਏ ਨੇ ਉਹਦੇ ਥੱਲੇ ਇਨਾ ਮੁਲਕਾਂ ਦੀਆਂ ਹਕੂਮਤਾਂ ਉਹਨਾਂ ਦੀ ਹੋਮ ਮਿਨਿਸਟਰੀ ਫੋਰਨ ਅਫੇਅਰਸ ਉਹਨਾਂ ਦੀ ਜਿਹੜੀ ਡੋਮੈਸਟਿਕ ਲਿਆਜ਼ਨ ਕਮਿਊਨਿਟੀ ਲਿਆਜ਼ਨ ਨਾਲ ਸੰਬੰਧਿਤ ਮਹਿਕਮੇ ਨੇ ਥੜਾ ਥੜਾ ਮੀਟਿੰਗਾਂ ਕਰ ਰਹੇ ਨੇ ਕੁਝ ਔਨ ਕੈਮਰਾ ਨੇ ਕੁਝ ਆਫ ਕੈਮਰਾ ਨੇ ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਹੜਾ ਇਸ ਵੇਲੇ ਸਾਡੇ ਖਿੱਤੇ ਦੇ ਵਿੱਚ ਔਰ ਖਾਸ ਤੌਰ ਤੇ ਚਾਈਨਾ ਦਾ ਇੱਕ ਸੁਪਰ ਇਕਨੋਮਿਕਲ ਐਂਡ ਮਿਲਟਰੀ ਪਾਵਰ ਦੇ ਤੌਰ ਤੇ ਅਮਰਜੈਂਸ ਅਮਰੀਕਾ ਦੇ ਨਾਲ ਭਾਵੇਂ ਉਹ ਟਕਰਾਅ ਦੀ ਲਾਈਨ ਵੀ ਹੈ ਪਰ ਮੇਲ ਮਲਾਪ ਦੀ ਲਾਈਨ ਵੀ ਹੈ ਕਿਉਂਕਿ 140 ਤੋਂ ਜ਼ਿਆਦਾ ਮੁਲਕ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਬਣ ਚੁੱਕੇ ਨੇ ਫਿਰ ਸਾਡੇ ਗੁਆਂਡ ਚ ਜੋ ਕੁਝ ਚੱਲ ਰਿਹਾ ਹੈ ਇਰਾਨ ਦੇ ਵਿੱਚ ਉਹ ਜਿਹੜਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਹਾਦਸਾ ਹੈ ਜਾਂ ਕਨਸਪੀਰੇਸੀ ਹੈ ਇਸੇ ਤੇ ਤਾਂ ਜੇ ਡਿਬੇਟ ਹੋਏਗੀ ਅੱਛਾ ਕਿ ਇੱਕ ਹਵਾਈ ਹੈਲੀਕਾਪਟਰ ਹਾਦਸੇ ਦੇ ਵਿੱਚ ਹਰਾਂ ਤਿੰਨ ਹੈਲੀਕਾਪਟਰ ਉਡਾਨ ਭਰ ਰਹੀ ਸੀ ਅਜ਼ਰਬਾਈਜਾਨ ਔਰ ਈਰਾਨ ਜਿਹੜੇ ਗਵਾਂਡੀ ਮੁਲਕ ਨੇ ਔਰ ਈਰਾਨ ਦੇ ਪ੍ਰੈਜ਼ੀਡੈਂਟ ਜਿਹੜੇ ਕਿ ਇੱਕ ਬੰਨ ਦਾ ਉਦਘਾਟਨ ਕਰਕੇ ਮੋੜ ਰਹੀ ਸੀ ਦੋ ਹੈਲੀਕਾਪਟਰ ਵੀ ਨਾਲ ਸੀ ਔਰ ਕਿਹਾ ਜਾਂਦਾ ਹੈ ਮੌਸਮ ਖਰਾਬੀ ਕਰਕੇ ਉਹਨਾਂ ਦਾ ਹੈਲੀਕਾਪਟਰ ਜਿਹਦੇ ਚ ਉਹਨਾਂ ਦੇ ਨਾਲ ਉਹਨਾਂ ਦਾ ਫੋਰਨ ਮਿਨਿਸਟਰ ਵੀ ਸੀ ਉਹਨਾਂ ਦੇ ਹੋਰ ਟੋਟਲ 9 ਬੰਦੇ ਸੀ ਔਰ ਉਸ ਜਹਾਜ਼ ਜਿਹੜਾ ਅਮਰੀਕਨ ਕੰਪਨੀ ਦਾ ਬਣਿਆ ਹੋਇਆ ਉਹ ਪਹਿਲਾਂ ਲੱਭਿਆ ਨਹੀਂ 8-10 ਘੰਟੇ ਬਾਅਦ ਹੋਇਆ ਵੀ ਹਾਦਸਾ ਗ੍ਰਸ ਸਾਰੇ ਮਾਰੇ ਗਏ ਔਰ ਉਹ ਦੇ ਜਿਹੜਾ ਉਹਨਾਂ ਦਾ ਨੈਸ਼ਨਲ ਮਾਰਨਿੰਗ ਪਾਕਿਸਤਾਨ ਨੇ ਵੀ ਰੱਖੀ ਹੈ ਇੰਡੀਆ ਨੇ ਵੀ ਰੱਖੀ ਹੈ ਈਰਾਨ ਨੇ 5 ਦਿਨ ਦੀ ਰੱਖੀ ਹੈ ਅਮਰੀਕਾ ਨੇ ਕਿਹਾ ਕਿ ਜੀ ਸਾਡਾ ਇਹਦੇ ਵਿੱਚ ਕੋਈ ਇਹ ਲਾਗਾ ਦੇਗਾ ਨਹੀਂ ਹੈ ਕਿਉਂਕਿ ਇੱਕ ਇਮੀਡੀਏਟ ਤਾ ਇਹ ਆਇਆ ਕਿ ਭਈ ਇਹ ਈਰਾਨ ਨੇ ਅਜੇ ਕੁਝ ਦਿਨ ਪਹਿਲਾਂ ਹੀ ਇਜ਼ਰਾਈਲ ਨੂੰ ਘੇਰਿਆ ਸੀ ਚਾਰਚ ਫੇਰਿਓ ਜਬ ਇਹ ਤਾਂ ਇਹਨਾਂ ਨੇ ਹਾਦਸਾ ਕਰਵਾ ਦਿੱਤਾ ਲੇਕਿਨ ਅਜੇ ਤੱਕ ਇਰਾਨ ਨੇ ਕੋਈ ਸਿੱਧੇ ਤੌਰ ਤੇ ਇਲਜ਼ਾਮ ਨਹੀਂ ਲਾਇਆ ਆਣ ਵਾਲੇ ਪੀਰੀਅਡ ਸੇ ਕੁਝ ਸੋ ਇਹ ਸਾਡੇ ਸਾਰੇ ਗਵਾਰਡ ਦੇ ਵਿੱਚ ਹੀ ਹੋ ਰਿਹਾ ਇਹ ਤਬਦੀਲੀ ਕਿਉਂਕਿ ਜੇ ਇਰਾਨ ਦੇ ਉੱਤੇ ਸੈਂਕਸ਼ਨਸ ਦੀ ਗੱਲ ਹੈ ਔਰ ਜੇ ਇਵਨ ਵਿਦਨ ਅਮਰੀਕਾ ਚੇਂਜ ਆਫ ਗਾਰਡ ਵੀ ਹੁੰਦਾ ਬਾਈਡਨ ਦੀ ਥਾਂ ਟਰੰਪ ਆਂਦਾ ਸੋ ਖਿੱਤਾ ਸਾਡਾ ਚਾਈਨਾ ਦੇ ਹਵਾਲੇ ਨਾਲ ਮਿਡਲ ਈਸਟ ਦੇ ਹਵਾਲੇ ਨਾਲ ਇਰਾਨ ਦੇ ਹਵਾਲੇ ਨਾਲ ਔਰ ਇਸ ਸਾਰੇ ਦੇ ਤਿੰਨੋਂ ਨਿਊਕਲੀਅਰ ਪਾਵਰਸ ਇੰਡੀਆ ਚਾਈਨਾ ਪਾਕਿਸਤਾਨ ਇਹਨਾਂ ਦੇ ਟਕਰਾਦੇ ਹਵਾਲੇ ਔਰ ਅਸੀਂ 600 ਕਿਲੋਮੀਟਰ ਦੇ ਲਗਭਗ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਆਂ ਹਮ ਇੰਟਰਨੈਸ਼ਨਲ ਇਨੀਸ਼ੀਏਟਿਵ ਵੀ ਸਾਡੀ ਬਣੀ ਹੈ ਸੋ ਮੈਂ ਆਪਣੀ ਪ੍ਰੈਜੈਂਟੇਸ਼ਨਸ ਵੀ ਡਿਵੈਲਪ ਆਨ ਕੀਤਾ ਸੀ ਕਿ ਬਿਲਕੁਲ ਠੀਕ ਹੈ ਕਿ ਇਸ ਵੇਲੇ ਓਪਰਚ्युनिटी ਇੱਕ ਨੌਕ ਕਰ ਰਹੀ ਔਰ ਮੈਂ ਅੱਜ ਜਦੋਂ ਇੱਕ ਸਟੇਟਮੈਂਟ ਦੀ ਐਸ ਜੇ ਸ਼ੰਕਰ ਦੀ ਹਾਲਾਂੇ ਦਿੱਲੀ ਦੇ ਵਿੱਚ ਡੈਲੀ ਟਮਲ ਐਜੂਕੇਸ਼ਨ ਐਸੋਸੀਏਸ਼ਨ ਹੈ ਉਹ ਉਸ ਦੇ ਇੱਕਾਠ ਨੂੰ ਸੰਬੋਧਨ ਕਰ ਰਿਹਾ ਪਰ ਜੋ ਜੋ ਉਹਨੇ ਕਿਹਾ ਉਹ ਉਹੀ ਗੱਲ ਹੈ ਜੇ ਅਸੀਂ ਇੱਕ ਹੋਰ ਅੰਦਾਜ਼ ਚ ਕਹਿੰਦੇ ਹਾਂ ਕਿਉਂਕਿ ਸਾਨੂੰ ਤਾਂ ਨਜ਼ਰ ਆ ਰਿਹਾ ਵੀ ਇਹਦੇ ਚ ਕੀ ਹੈ ਉਹ ਇੱਕ ਖੌਫ ਪੈਦਾ ਕਰਨ ਦੇ ਅੰਦਾਜ਼ ਦੇ ਨਾਲ ਕਹਿ ਰਿਹਾ ਕਿ ਜੇ મોદી ਦੇ ਹੱਥ ਚ ਪਾਵਰ ਨਾ ਦਿੱਤੀ ਤੁਸੀਂ ਜੇ ਵਾਪਸ ਨਾ ਆਇਆ ਤੇ ਫਿਰ ਕੰਮ ਗਿਆ ਔਰ ਇਹਦੀ ਹੈਡਲਾਈਨ ਹੈ ਨੇ ਸਟਾਰਮ ਬਰੂਇੰਗ ਕਿ ਤੂਫਾਨ ਆ ਰਿਹਾ ਬਰੂ ਹੁੰਦਾ ਕਿ ਵੀ ਜਿਵੇਂ ਤੁਸੀਂ ਕਾਫੀ ਬਰੂ ਕਰਦੇ ਹੋ ਕਿ ਵੀ ਸਟਾਰਮ ਬਰੂਇੰਗ ਵਾਈਟਲ ਟੂ ਹੈਵ ਸੇਫ ਪੇਅਰ ਆਫ ਹੈਂਡਸ ਟੂ ਟੇਕ ਇੰਡੀਆ ਥਰੂ ਕਿ ਜਿਸ ਤੂਫਾਨ ਦੇ ਵਿੱਚ ਜਿਹੜਾ ਬਰੂ ਹੋ ਰਿਹਾ ਭਾਰਤ ਨੇ ਉੱਡਣਾ ਉਸ ਤੂਫਾਨ ਜਿਹਦੇ ਟੁਕੜੇ ਹੋਣੇ ਨੇ ਜੇ ਤੁਸੀਂ ਸੁਰੱਖਿਅਤ ਹੱਥਾਂ 'ਚ ਨਾ ਦਿੱਤਾ ਤੇ ਭਾਰਤ ਮਾਤਾ ਦਿਲ ਕਿ ਉਹ ਕਹਿੰਦਾ ਹੁੰਦਾ ਸੀ ਕਿ ਦਿਲ ਕਾ ਟੁਕੜੇ ਹਜ਼ਾਰ ਹੋਏ ਕੋਈ ਯਾਹ ਗिरा ਕੋਈ ਵਾ ਇੱਥੇ ਤਾਂ ਭਾਰਤ ਮਾਤਾ ਦੀ ਸਾੜੀ ਦੇ ਟੁਕੜੇ ਹੋਣੇ ਨੇ ਬਾਕੀ ਤਾਂ ਦਿਲ ਦੁਲ ਤਾਂ ਪਹਿਲਾਂ ਹੀ ਨਹੀਂ ਆਇਆ ਇਹਨਾਂ ਅੱਜ ਕਿ ਵੀ ਉਹ ਬੰਨਿਆ ਹੀ ਹੋਇਆ ਨਾ ਸਾੜੀ ਦੇ ਨਾਲ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਜਾਣ ਲੱਗੇ ਇਹਨਾਂ ਨੂੰ ਬੱਜਿਆ ਬਜਾਈ ਗੰਢ ਦੇ ਗਿਆ ਉਹ ਸਾਰੀ ਖੁੱਲ ਜਾਣੀ ਹੁਣ ਉਹਦੇ 'ਚ ਉਹਨੇ ਜਿਹੜੀ ਖਾਸ ਤੌਰ ਤੇ ਜਿਹੜੇ ਫੈਕਟਰ ਕਹੇ ਕਿਉਂਕਿ ਇੰਡੀਆ ਦਾ ਰੋਲ ਹੋ ਯੂਕਰੇਨ ਦਾ ਮੁੱਦਾ ਹੋਈ ਵੀ ਨੀ ਇਰਾਨ ਦਾ ਵੀ ਇਰਾਨ ਬਾਰੇ ਵੀ ਜਦੋਂ ਹੀ ਇਹਨਾਂ ਨੇ ਚਾਹਬਹਾਰ ਔਰ ਦਿਲਚਸਪ ਗੱਲ ਇਹ ਹੈ ਕਿ ਇਰਾਨੀਅਨ ਪ੍ਰੈਜ਼ੀਡੈਂਟ ਨੇ ਇਸ ਐਂਡ ਤੋਂ ਪਹਿਲਾਂ ਉਹਨੇ ਪਾਕਿਸਤਾਨ ਦਾ ਦੌਰਾ ਵੀ ਕੀਤਾ ਪਾਈਪਲਾਈਨ ਸਮਝੌਤਾ ਔਰ ਪਾਕਿਸਤਾਨ ਤੇ ਤਾਂ ਇਹਨਾਂ ਨੇ ਦਾਬਾ ਲਾਤਾ ਵੀ ਅਸੀਂ ਸੈਂਕਸ਼ਨ ਲਾ ਦੇਾਂਗੇ ਪਾਕਿਸਤਾਨ ਨੇ ਬੜਾ ਸਬਡਿਊ ਜਿਹਾ ਹੀ ਕੰਮ ਰੱਖਿਆ ਇੰਡੀਆ ਜਿਹੜਾ ਫੋਰਨ ਮਿਨਿਸਟਰ ਵੀ ਉੱਥੇ ਗਿਆ ਔਰ ਇਹਨੇ ਜਦੋਂ ਅਮਰੀਕਾ ਨੇ ਕਿਹਾ ਕਿ ਵੀ ਇਹ ਚਾਹਬਹਾਰ ਵਾਲਾ ਕੰਮ ਹੈ 2018 ਵਾਲੀ ਤੁਹਾਨੂੰ ਐਗਜ਼ੈਂਪਸ਼ਨ ਨਹੀਂ ਹੈ ਜਿਹੜੀ ਟਰੰਪ ਨੇ ਦਿੱਤੀ ਸੀ ਤੇ ਅਸ ਜੈ ਸ਼ੰਕਰ ਨੇ ਕਿਹਾ ਜੀ ਇਹ ਵੱਡੇ ਲੋਕ ਛੋਟੀਆਂ ਗੱਲਾਂ ਕਿਉਂ ਕਰਦੇ ਨੇ ਇਹਨਾਂ ਨੂੰ ਛੋਟੇ ਨਹੀਂ ਕਰਨ ਦੇ ਤਾਂ ਕਰ ਸੋ ਮਤਲਬ ਇਹ ਹੈ ਵੀ ਇੰਡੀਆ ਨੇ ਜਦੋਂ ਸਟ੍ਰੌਮ ਬਰੂਇੰਗ ਕਹਿ ਰਿਹਾ ਉਹਨੂੰ ਪਤਾ ਹੈ ਕਿ ਇੰਡੀਆ ਦੇ ਹੋਂਡ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਜਾ ਰਿਹਾ ਉੱਥੇ ਉਹਦੇ ਅਖੀਰਲੇ ਰਸਮਾਂ ਦੇ ਵੇਲੇ ਪ੍ਰੈਜ਼ੀਡੈਂਟ ਰੈਸਿਟੀ ਦੇ ਇੱਕ ਦਿਨ ਦੇ ਝੰਡੇ ਨਹੀਂ ਵੀ ਕੀਤੇ ਹੋਏ ਨੇ ਹੁਣੇ ਨਹੀਂ ਹੈ ਵੀ ਇਹ ਅਮਰੀਕਾ ਨੂੰ ਨਜ਼ਰ ਨਹੀਂ ਆ ਰਿਹਾ ਕਿ ਵੀ ਇੰਡੀਆ ਨੇ ਈਰਾਨ ਦੇ ਮਾਮਲੇ ਤੇ ਵੀ ਅਮਰੀਕਾ ਨੂੰ ਡਬਲ ਕਰਾਸ ਕੀਤਾ ਹੈ ਯੂਕਰੇਨ ਦੇ ਮੋਢੀਤਾ ਦਾ ਕਾਰੀਰ ਲਗਾਤਾਰ ਤਾਂ ਨਾਲ ਉਹ ਰੈਸ ਜੈ ਸ਼ੰਕਰ ਨੂੰ ਵੀ ਪਤਾ ਹੈ ਵੀ ਇਹਨਾਂ ਦੀ ਜਿਹੜੀ ਫਰਾਡ ਗੇਮ ਹੈ ਉਹਦਾ ਐਂਡ ਆਣ ਵਾਲਾ ਹੈ ਇਸ ਲਈ ਉਹ ਸਟਾਰਮ ਬਰੀਅੰਗ ਕਹਿ ਰਿਹਾ ਔਰ ਇਹਦੇ ਵਿੱਚ ਐਗਜੈਕਟ ਲਫ਼ਜ਼ ਉਹਨਾਂ ਨੇ ਕਿਹਾ ਕਿ ਭਾਈ ਇਹ ਹੈ ਬਿਫੋਰ ਜਿਹੜਾ ਉਹਨਾਂ ਜੈਸ਼ੰਗਰ ਦਾ ਵਰਲਡ ਇਜ਼ ਲੁਕਿੰਗ ਵੈਰੀ ਡਿਫਿਕਲ ਟੁਡੇ ਇਹ ਉਹਨਾਂ ਦੀ ਗੱਠ ਨੂੰ ਕਹਿ ਰਿਹਾ ਹੈ ਵਰਡ ਇਸ ਲੁਕਿੰਗ ਵੈਰੀ ਡਿਫਿਕਲ ਟੂਡੇ ਐਸ देयर ਇਸ ਅ ਵਾਰ ਗੋਇੰਗ ਔਨ ਇਨ ਯੂਕਰੇਨ ਕੇ ਦੁਨੀਆ ਚ ਬਹੁਤ ਡਿਫਿਕਲਟੀ ਐ ਇਸ ਲਈ ਯੂਕਰੇਨ ਦੀ ਜੰਗ ਚੱਲ ਰਹੀ ਐ देयर ਆਰ ਇਸ਼ੂਜ਼ ਵਿਦ ਇਜ਼ਰਾਈਲ ਗਾਜ਼ਾ ਇਜ਼ਰਾਈਲ ਇਰਾਨ ਐਂਡ ਇੰਡੀਆ ਹੈਜ਼ ਬਾਰਡਰ ਇਸ਼ੂਜ਼ ਵਿਦ ਚਾਈਨਾ ਇਨ ਦਾ ਨਾਰਥ ਐਂਡ ਵਿਦ ਪਾਕਿਸਤਾਨ देयर ਇਸ ਅ ਕ੍ਰਾਸ ਬਾਰਡਰ ਟੈਰਰਿਜ਼ਮ ਇਸ਼ੂ ਹੁਣ ਇਹੀ ਗੱਲਾਂ ਮੈਂ ਕਹੀਆਂ ਨੇ ਜਿਹੜੀਆਂ ਉਹ ਕਹਿ ਰਿਹਾ ਕਿ ਸਟ੍ਰੌਮ ਬਰਿਊ ਐ ਆ ਹੋ ਰਿਹਾ ਐ in asia there is tension in the south china sea and as a result of all of this the economic situation of the world is very difficult ve arthik halat bhi kider nu ja rahi hai it is very important that when we look at the future that we think of how to take india safely through the storm hmm. already storm brew hai ਇਹ ਦੇਖਣਾ ਵੀ ਇਸ ਤੂਫਾਨ ਚ ਅਸੀਂ ਭਾਰਤ ਨੂੰ ਕਿਵੇਂ ਕੱਢ ਸਕਾਂਗੇ ਹਮ देयर इज ਅ ਸਟਾਰਮ ਅਰਾਊਂਡ ਅਸ ਸਾਡੇ ਚਾਰ ਚ ਫਿਰੇ ਤੂਫਾਨ ਮਚਿਆ ਹੋਇਆ ਦਾ ਸਟਾਰਮ ਇਜ਼ ਬਿਲਡਿੰਗ ਇਟਸ ਗੋਇੰਗ ਟੂ ਗੈਟ ਵਰਸ ਆਲਰੇਡੀ ਸਟ੍ਰੌਂਗ ਬਿਲਟ ਹੋ ਰਿਹਾ ਹੈ ਇਹ ਹੋਰ ਵੀ ਬਦਤਰ ਹੁੰਦਾ ਜਾ ਰਿਹਾ ਬਟ ਇਟ ਇਜ਼ ਐਬਸੋਲੂਟਲੀ ਵਾਈਟਲ ਥੈਟ ਵੀ ਹੈਵ ਅ ਸੇਫ ਪੇਅਰ ਆਫ ਹੈਂਡਸ ਗੁੱਡ ਸੈਂਸਿਬਲ ਪੀਪਲ who take us through a very difficult period hun is normal afaz nahi ne is jay shankar da style nahi hai jada wish guru bharat europe diyan akhan jakhhan paake kehnda hai ke ji tusi bhi ta sanu lutya si tusi colonial mindset rakhde ho 200 saal tusi rule kita tusi sanu updesh doge so is to main samajhda hai be jadi gal assi kehne chahunde hai aur keh rahe hai wo hi ho keh reha par wo khauf paida karke ਕਿ ਭਈ ਜੇ ਤੁਸੀਂ ਸਾਨੂੰ ਪਾਵਰ ਨਾ ਦਿੱਤੀ ਤੇ ਫੇਰ ਸਟਾਰਮ ਤਾਂ ਪਹਿਲਾਂ ਹੀ ਬਰੂ ਹੋ ਰਿਹਾ ਚੱਲ ਰਿਹਾ ਤੁਸੀਂ ਉੱਡ ਜਾਓਗੇ ਔਰ ਅਸੀਂ ਇਹ ਕਹਿੰਦੇ ਆ ਕਿ ਭਈ ਐਸਜਾ ਸ਼ੰਕਰ ਜਿਹੜਾ ਉਹਦੇ ਮੂੰਹ ਚੋਂ ਨਿਕਲੇ ਲਫ਼ਜ਼ ਨੇ ਉਸ ਨੂੰ ਹੁਣ ਅਸੀਂ ਆਮੀਨ ਹੀ ਕਹਿ ਸਕਦੇ ਹਾਂ ਹੋਰ ਤਾਂ ਇਸ ਤੋਂ ਵੱਧ ਕੋਈ ਲਫ਼ਜ਼ ਨਹੀਂ ਜੀ ਰਾਸਾ ਤੁਹਾਡਾ ਬਹੁਤ ਧੰਨਵਾਦ ਸੱਥ ਲੈਣੇ ਬ੍ਰੇਕ ਵਿਅਰਸ ਤੁਸਨ ਇਸ ਤਰ੍ਹਾਂ ਹੀ ਬੜੇ ਲੜਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ